ਤੁਹਾਡਾ? ਸਾਡੀ ਚੋਣੀ ਚੋਣ ਦੀ ਤਿਆਰੀ ਬਹੁਤ ਜ਼ਬਰਦਸਤ ਹੈ। ਇਹ ਆਖਰੀ ਹਲਕਾ ਸੀ ਧੂਰੀ ਜਿੱਥੇ ਅਸੀਂ ਆਪਣੀ ਮੀਟਿੰਗ ਕਰਨੀ ਸੀਗੀ, ਅਤੇ ਬਾਕੀ ਦੇ 8 ਹਲਕਿਆਂ ਦੇ ਵਿੱਚ ਇਹੋ ਜਿਹੀਆਂ ਤਕੜੀਆਂ ਮੀਟਿੰਗਾਂ ਅਸੀਂ ਕਰ ਚੁੱਕੇ ਹਾਂ। ਹੁਣ ਹਰੇਕ ਹਲਕੇ ਦੇ ਵਿੱਚ 4 ਡਿਵੀਜ਼ਨ ਬਣਨਗੀਆਂ ਜਿੱਥੇ ਮੀਟਿੰਗਾਂ ਹੋਣਗੀਆਂ, ਅਤੇ 26 ਤਰੀਕ ਤੱਕ ਉਹ ਸਾਰੇ ਹਲਕਿਆਂ ਦੇ ਜਿਹੜੇ ਹਿੱਸੇ ਕੀਤੇ ਆ 4-4 36 ਹੋਣਗੇ, ਉਹ ਖਤਮ ਹੋ ਜਾਣਗੇ। ਉਸ ਤੋਂ ਬਾਅਦ ਵੱਡੀਆਂ ਰੈਲੀਆਂ ਕਰਾਂਗੇ ਅਸੀਂ। ਸੰਗਰੂਰ, ਬਰਨਾਲਾ ਸਾਰੇ ਹਲਕੇ ਦੀਆਂ ਜੜ੍ਹਾਂ ਤੱਕ ਪਹੁੰਚ ਚੁੱਕੇ ਹੈ, ਅਤੇ ਹੁਣ ਅਸੀਂ ਦੁਬਾਰਾ ਸਾਰੇ ਪਾਸੇ ਚੱਲ ਰਹੇ। ਸਰ, ਕਿਹੜੇ ਮੁੱਦੇ 'ਤੇ ਚੋਣ ਲੜੋਂਗੇ? ਮੁੱਦੇ ਸਾਡੇ ਕੋਲ ਇਹੀ ਹੈ ਕਿ 1937 ਤੋਂ ਬਾਅਦ ਦੇ ਵੱਡੇ ਵੱਡੇ ਕਾਂਗਰਸ ਕਾਂਗਰਸ BJP RSS ਇਹਨਾਂ ਨੇ ਵਾਅਦੇ ਬਹੁਤ ਕੀਤੇ ਆ ਕਿ ਗਰੀਬੀ ਹਟਾ ਦਾਂਗੇ। ਹੁਣ ਰਾਹੁਲ ਗਾਂਧੀ ਕਹਿੰਦਾ 6000 ਮਹੀਨਾ ਗਰੀਬਾਂ ਨੂੰ ਦੇਵਾਂਗੇ, ਮੋਦੀ ਕਹਿੰਦਾ ਬਲੈਕ ਮਨੀ ਖਤਮ ਕਰਕੇ ਮੈਂ 15-15 ਲੱਖ ਹਰੇਕ ਦੇ ਖਾਤੇ ਦੇ ਵਿੱਚ ਜਮ੍ਹਾਂ ਕਰ ਦੂੰਗਾ, 2 ਕਰੋੜ ਇਹ ਕਹਿੰਦਾ ਕਿ ਮੈਂ ਰੋਜ਼ੀ ਦਊਂਗਾ, ਨੌਕਰੀਆਂ ਦਊਂਗਾ। ਕੈਪਟਨ ਸਾਹਿਬ ਵੀ ਕਹਿੰਦੇ ਆ ਕਿ ਰੋਜ਼ੀ ਦਊਂਗਾ, ਇਹ ਫੇਰ ਖਾਤਮਾ ਕਰ ਦੂੰਗਾ ਡਰੱਗਸ ਦਾ, ਨਸ਼ਿਆਂ ਦੇ। ਕੱਲ੍ਹ ਹੀ ਇੱਕ ਬੀਬੀ ਸ਼ਰਮਾ ਜਿਹੜੀ ਅਫਸਰ ਸੀਗੀ, ਉਸ ਨੂੰ ਡਰੱਗ ਵੇਚਣ ਵਾਲੇ ਬੰਦੇ ਨੇ ਜਾਨੋਂ ਮਾਰਤਾ ਅੜਡ ਦੇ ਵਿੱਚ। ਸੋ ਮੇਰਾ ਮਤਲਬ ਹੈ, ਇਹਨਾਂ ਦੇ ਵਾਅਦੇ ਜ਼ਰੂਰ ਹੈ। ਸਾਨੂੰ ਕੋਈ ਚਾਹੀਦਾ ਖੜਕੇ ਦੜਕੇ ਦਾ MP ਜਾਂ MLA ਜਿਹੜਾ ਉੱਥੇ ਜਾ ਕੇ ਜਿਹੜੇ ਵਾਅਦੇ ਕਰਦੇ ਹੈ ਉਹ ਪੂਰੇ ਕਰਾਈਏ। ਹੁਣ ਮੋਦੀ ਦੀ ਸਰਕਾਰ ਮੁੱਕਰ ਗਈ ਹੈ, ਜਿਹੜਾ ਲਾਂਘਾ ਸਾਨੂੰ ਕਰਤਾਰਪੁਰ ਸਾਹਿਬ ਦਾ ਪਾਕਿਸਤਾਨ ਦੇ ਨਾਲ ਮਨਜ਼ੂਰ ਹੋਇਆ ਸੀਗਾ, ਅੱਜ ਦੇ ਬਿਆਨ ਹੈਗੇ ਹੈ ਕਿ ਜਿਵੇਂ ਜਦੋਂ ਪਾਕਿਸਤਾਨ ਪੁਲ ਮਾਨੇ ਦੇ ਜਿਹੜੇ ਬੰਦੇ ਮਾਰੇ ਗਏ ਸੀਗੇ ਉਹਨਾਂ ਦੇ ਦਸਤਾਵੇਜ਼, ਉਹਨਾਂ ਦੇ ਬਦਮਾਸ਼ਾਂ ਦੇ ਦਸਤਾਵੇਜ਼ ਨਹੀਂ ਦਿੰਦਾ, ਉਹਨਾਂ ਚਿਰ ਅਸੀਂ ਕਰਤਾਰਪੁਰ ਸਾਹਿਬ ਦੀ ਗੱਲ ਨਹੀਂ ਕਰਨੀ ਹੈ। ਹੁਣ ਤੁਸੀਂ ਪੁੱਛੋ ਕਿ ਬਾਦਲ ਜਿਹੜਾ ਕਹਿੰਦਾ ਕਿ ਮੈਂ ਮੋਦੀ ਨੂੰ ਪ੍ਰਾਈਮ ਮਿਨਿਸਟਰ ਦੇਖਣਾ ਚਾਹੁੰਦਾ, ਬ੍ਰਹਮਪੁਰਾ ਸਾਹਿਬ ਅਕਾਲੀ ਦਲ ਟਕਸਾਲ ਦੇ ਕਹਿੰਦੇ ਆ ਕਿ ਮੋਦੀ ਸਾਡਾ ਪ੍ਰਾਈਮ ਮਿਨਿਸਟਰ ਬਣੇ, ਇਹ ਲੋਕ ਸਾਨੂੰ ਹੁਣ ਬਿਆਨ ਦੇਣ ਕਿ ਇਹ ਮੋਦੀ ਅਤੇ ਸੈਂਟਰ ਦੀ BJP RSS ਸਰਕਾਰ ਫਿਰ ਕਿਉਂ ਆਪਣੇ ਵਾਅਦਿਆਂ ਤੋਂ ਵਾਪਸ ਚਲੀ ਗਈ ਹੈ। ਕੈਪਟਨ ਸਾਹਿਬ ਵੀ ਸਾਨੂੰ ਦੱਸਣ ਕਿ ਜਿਹੜੇ ਤੁਸੀਂ ਵਾਅਦੇ ਕੀਤੇ ਸੀ ਉਹ ਤਾਂ ਪੂਰੇ ਕੀਤੇ ਨਹੀਂ, ਤੁਸੀਂ ਟਿੱਪਣੀ ਕਰਦੇ ਰਹੇ ਹੋ। ਜਿਹੜਾ ਸਾਨੂੰ ਲਾਂਘਾ ਕਰਤਾਰਪੁਰ ਸਾਹਿਬ ਦਾ ਮਿਲਿਆ, ਤਾਂ ਹੁਣ ਤੁਸੀਂ ਦੱਸੋ ਜਿਹੜੀ ਸਾਡੇ 'ਤੇ ਰੋਕ ਲਾਤੀ ਹੈ, ਹੁਣ ਇਹਦਾ ਤੁਸੀਂ ਕਾਂਗਰਸ ਪਾਰਟੀ ਕੀ ਕਰੂਗੀ? ਸੋ ਮੇਰਾ ਮਤਲਬ ਪੰਜਾਬ ਅਤੇ ਸਿੱਖ ਕੌਮ ਦੇ ਬਾਰੇ ਕੋਈ ਵੀ ਇਹਨਾਂ 'ਚੋਂ ਲੀਡਰ ਗੱਲ ਨਹੀਂ ਕਰਦਾ। ਮੇਰੀ ਇਹਨਾਂ ਨੇ ਘੇਰਾਬੰਦੀ BJP RSS ਕਾਂਗਰਸ ਨੇ ਪੂਰੀ ਤਰ੍ਹਾਂ ਕਰ ਲਈ ਹੈ। ਕਿਤੇ ਰਾਜਦੇਵ ਸਿੰਘ ਨੂੰ ਖੜ੍ਹਾ ਕਰਤਾ, ਕਦੇ ਹੁਣ ਢੀਂਡਸਾ ਸਾਹਿਬ ਦੇ ਲੜਕੇ ਨੂੰ ਖੜ੍ਹਾ ਕਰਤਾ, ਕਦੇ ਭਗਵੰਤ ਮਾਨ ਨੂੰ ਖੜ੍ਹਾ ਕੀਤਾ, ਅਜੇ ਕਾਂਗਰਸ ਦੀ ਉਡੀਕ ਹੈ ਉਹ ਕਿਹੜਾ ਕਰਦੀ ਹੈ, ਅਜੇ ਬਾਦਲ ਦੀ ਉਡੀਕ ਹੈ। ਸੋ ਮੇਰਾ ਆਮ ਆਦਮੀ ਪਾਰਟੀ ਨੇ ਵੀ, ਹੁਣ ਗੁਰੂ ਸਾਹਿਬ ਨੇ ਤਾਂ ਸਾਨੂੰ ਕਿਰਪਾਨ ਦਿੱਤੀ ਹੈ, ਆਮ ਆਦਮੀ ਪਾਰਟੀ ਨੇ ਸਾਨੂੰ ਝਾੜੂ ਫੜਾਤਾ। ਇਹ ਮੇਰਾ ਮਤਲਬ ਬਹੁਤ ਬੇਅਦਬੀ ਦੀ ਗੱਲ ਹੈ ਕਿ ਜਿਹੜੀ ਪਾਰਟੀ ਨੇ ਕੁਰਾਨ ਸ਼ਰੀਫ ਦੀ ਬੇਅਦਬੀ ਮਲੇਰਕੋਟਲੇ ਦੇ ਵਿੱਚ ਕੀਤੀ ਹੋਵੇ ਆਮ ਆਦਮੀ ਪਾਰਟੀ, ਇਹ ਸਾਡੇ ਕੋਲ ਫੇਰ ਆਏ। ਅਤੇ ਬਾਦਲ ਦਲੀਆਂ ਨੇ ਅਤੇ ਟਕਸਾਲੀਆਂ ਨੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਉਹ ਕਿਹੜੇ ਮੂੰਹ ਦੇ ਨਾਲ ਸਾਡੀਆਂ ਬੀਬੀਆਂ ਤੋਂ ਵੋਟਾਂ ਮੰਗਣਗੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਪੰਨੇ ਸਾਰੇ ਗੰਦੀਆਂ ਨਾਲੀਆਂ ਦੇ ਵਿੱਚ ਸੁਟਵਾ ਤੇ, ਪ੍ਰੇਮੀਆਂ ਨੂੰ ਸ਼ਹਿ ਦਿੱਤੀ, ਉਹਨਾਂ ਨੂੰ ਉੱਤੇ ਚੱਕਤਾ। ਸੋ ਮੇਰਾ ਮਤਲਬ ਇਹ ਸਾਰੇ ਮਸਲੇ ਹੈ ਕਿ ਸੰਗਰੂਰ ਅਤੇ ਬਠਿੰਡੇ ਦੇ MP ਜਿਹੜੇ ਖੜ੍ਹੇ ਹੈ, ਜੇ ਸਾਨੂੰ ਫਤਿਹ ਲੋਕ ਦੇਣਗੇ ਤਾਂ ਇਹਨਾਂ ਦੀ ਧੌਣ ਦੇ ਉੱਤੇ ਅਸੀਂ ਗੋਡਾ ਰੱਖ ਕੇ ਇਹਨਾਂ ਦੇ ਵਾਅਦੇ ਸਾਰੇ ਪੂਰੇ ਕਰਵਾਉਣਗੇ। ਚਲੋ।